ਤੇ ਕੀ ਹੋਇਆ ਕੀ ਹੈ ਸਰ ਡੈਥ ਹੋਈ ਸਰ ਗੋਲੀ ਲੱਗੀ ਹੈ ਉਹਨੂੰ ਗੋਲੀ ਤਾਂ ਕੀ ਸਰ ਮਾਮਲਾ ਜਿਹੜਾ ਦਰਜ ਕੀਤਾ ਜਾ ਰਿਹਾ ਹੈਗਾ 302 ਦਾ ਮਾਮਲਾ ਦਰਜ ਕੀਤਾ ਗਿਆ ਦਰਜ ਕਰਤਾ ਸਰ ਪਰਿਵਾਰ ਵੱਲੋਂ ਕਹਿਣਾ ਸੀਗਾ ਕਿ ਇਹ ਨਸ਼ਾ ਜਿਹੜਾ ਦੂਸਰੀ ਹੈਗਾ ਉਹ ਨਸ਼ਾ ਵੇਚਦਾ ਹੈਗਾ ਸੀਗਾ ਤਾਂ ਜਿਸ ਨੂੰ ਰੋਕਣ ਨੂੰ ਲੈ ਕੇ ਜਿਹੜੀ ਇਹ ਚੀਜ਼ ਦੀ ਲੜਾਈ ਜਿਹੜੀ ਸੀਗੀ ਉਹ ਹੈਗੀ ਸੀ ਇਹ ਚਲੋ ਅੰਤਰਾਣੇ ਤਪਤੀ ਸਾਹਮਣੇ ਆ ਜੀ ਸਰ ਦੋਨਾਂ ਤਰ੍ਹਾਂ ਤੇ ਪਰਚਾ ਹਾਂ ਦੋਨਾਂ ਤਰ੍ਹਾਂ ਕਰਾਉਸ ਕੇ ਇਹ ਦੂਸਰੇ ਦਾ ਨਾਮ ਕੀ ਹੈਗਾ ਮਰਨ ਵਾਲੇ ਦਾ ਸੁਰਿੰਦਰ ਕਪੂਰ ਸੁਰਿੰਦਰ ਤੇ ਜਿਹਦੀ ਡੈਡ ਬਾਡੀ ਇੱਥੇ ਪਈ ਆ ਉਹਦਾ ਨਾਮ ਕੀ ਹੈ ਜੋਨਸ ਦੋਨੋਂ ਹੀ ਗਾਮੇ ਵਾਲੇ ਪਿੰਡ ਦੇ ਬਿਲਕੁਲ ਪਹਿਲਾਂ 2018 ਦੇ ਵਿੱਚ ਲੜਾਈ ਹੋਈ ਸੀ ਨਸ਼ਾ ਰੋਕਣ ਤੋਂ ਇਹ ਨਸ਼ਾ ਤਕਸਰ ਕੰਮ ਕਰਦੇ ਨੇ ਇਹ ਨਜਾਇਜ਼ ਹਥਿਆਰ ਵੀ ਇਹਨਾਂ ਕੋਲ ਹੈਗੇ ਨੇ ਅਤੇ ਉਸ ਤੋਂ ਬਾਅਦ ਲੋਕਡਾਊਨ ਦੇ ਵਿੱਚ 2020 ਦੇ ਵਿੱਚ ਉਹਦਾ ਵੀ ਲੜਾਈ ਹੋਈ ਠੀਕਰੀ ਪਹਿਰਾ ਲਗਵਾਇਆ ਸੀ ਅਤੇ ਮੁਲਾਜ਼ਮਾਂ ਨੇ ਕਹਿ ਕੇ ਠੀਕਰੀ ਪਹਿਰਾ ਲਾਉਣ ਦੇ ਬਾਵਜੂਦ ਇਹ ਨਸ਼ੇ ਵਾਲੇ ਇਹਨਾਂ ਦੇ ਬੰਦੇ ਰੁਕ ਗਿਆ ਜਿਹੜੇ ਨਸ਼ਾ ਲੈਣ ਆਉਂਦੇ ਸੀ ਬਾਹਰ ਦੇ ਬੰਦੇ ਇਸ ਕਰਕੇ ਉਹਨਾਂ ਸਾਡੇ ਨਾਲ ਫਿਰ ਲੜਾਈ ਕਰ ਲਈ ਇਹ ਕਦੋਂ ਲੜਾਈ ਹੋਈ ਹੈ ਕਿੱਥੇ ਹੋਈ ਹੈ ਕਿੱਥੋਂ ਦਾ ਮਾਮਲਾ ਉਸ ਤੋਂ ਬਾਅਦ 2020 ਤੋਂ ਬਾਅਦ 'ਚ ਫਿਰ ਅਠਾਰਾਂ ਤਰੀਕ ਨੂੰ ਫਿਰ ਲੜਾਈ ਰਾਤ ਹੋਈ ਇੱਕ ਮੁੰਡੇ ਦੇ ਵਿੱਚ ਗੱਡੀ ਮਾਰੀ ਹੈ ਨਾਲੇ ਮੋਟਰਸਾਈਕਲ ਮਾਰਿਆ ਉਹ ਮੁੰਡਾ ਵੀ ਇੱਥੇ ਦਾਖਲ ਹੈ FIR ਦਰਜ ਹੋਈ ਹੈ ਮਮਦੋਰ ਥਾਣੇ ਦੇ ਵਿੱਚ ਪਿੰਡ ਗਾਮੇ ਵਾਲੇ ਦਾ ਮਸਲਾ ਹੈ ਲੜਾਈ ਹੋਈ ਯੂਨਸ ਨੂੰ ਗੋਲੀ ਲੱਗੀ ਹੈ ਜੀ ਜਿਹਦੇ 'ਚ 18 ਤਰੀਕ ਨੂੰ ਇਹਨਾਂ ਗੱਡੀ ਮਾਰੀ ਮੁੰਡੇ ਦੇ ਵਿੱਚ ਉਹਨੂੰ ਸੱਟਾਂ ਫੇਟਾਂ ਲੱਗੀਆਂ ਅਤੇ ਦਾਖਲ ਕਰਵਾਇਆ ਗਿਆ ਦਾਖਲ ਕਰਾਉਣ ਦੇ ਬਾਵਜੂਦ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਗਈ ਹੈ ਕੋਈ ਕਾਰਵਾਈ ਨਹੀਂ ਹੋਈ ਜੀ ਮੁਲਾਜ਼ਮ ਆਏ ਆ ਦੋ ਸਿੱਧੇ ਇਹਨਾਂ ਦੇ ਘਰੇ ਗਏ ਆ ਇਹ ਨਸ਼ਾ ਵੇਚਦੇ ਆ ਉਹਨਾਂ ਦੇ ਉਹਨਾਂ ਨਾਲ ਹੱਥ ਰਲੇ ਹੋਏ ਆ ਗੱਲਬਾਤ ਕਰਕੇ ਉਹਨਾਂ ਦੇ ਘਰੋਂ ਹੀ ਮੁੜ ਗਿਆ ਕੱਲ੍ਹ ਲੜਾਈ ਦਾ ਚਾਂਸ ਹੋਇਆ ਪ੍ਰਸ਼ਾਸਨ ਨੂੰ ਫਿਰ ਕਾਲ ਕਰਕੇ ਬੁਲਾਇਆ ਗਿਆ ਜੀ ਮੁਲਾਜ਼ਮ ਸਾਡੇ ਕੋਲ ਬੈਠੇ ਆ ਸਾਡੀ ਗੱਲ ਸੁਣੀ ਆ ਉਹਨਾਂ ਦੇ ਘਰੇ ਗਏ ਆ ਜਾਣ ਲੱਗੇ ਸਾਨੂੰ ਦੱਸ ਕੇ ਨਹੀਂ ਗਏ ਜੀ ਹੋਇਆ ਕੀ ਸੀਗਾ ਕੱਲ੍ਹ ਸਰ ਇਹ ਹੋਇਆ ਕਿ ਉਸ ਤੋਂ ਬਾਅਦ ਇਹਨਾਂ ਬਾਹਰੋਂ ਮੁੰਡੇ ਬਹੁਤ ਸੱਦੇ ਆ ਜੀ ਸਾਨੂੰ ਨਹੀਂ ਪਤਾ ਵੀ ਕਿੱਥੋਂ ਦੇ ਮੁੰਡੇ ਕਿੱਥੋਂ ਦੇ ਕੁਛ ਪਤਾ ਜੀਤਾ ਹੈਗਾ ਖਾਈ ਤੋਂ ਜੀ ਇੰਦਰਜੀਤ ਕੋਲ ਨਜਾਇਜ਼ ਹਥਿਆਰ ਆ ਜਿਹਦੇ 'ਚ ਫੈਰ ਵੱਜਿਆ ਜੀ ਕਿੰਨੀ ਡੈਥ ਹੋਈ ਹੈ ਯੂਨਸ ਦੀ ਡੈਥ ਹੋਈ ਹੈ ਕਿੰਨੇ ਸਾਲ ਉਮਰ ਸੀ ਹਾਂਜੀ ਕਿੰਨੇ ਸਾਲ ਉਮਰ ਸੀਗੀ ਉਹਦੀ 25-26 ਸਾਲ ਦੀ ਹੈ ਜੀ ਤਾਂ ਕੀ ਮੰਗ ਕਰਦੇ ਹੈਗੇ ਹੋ ਅਸੀਂ ਮੰਗ ਇਹੀ ਕਰਨੇ ਆ ਜੀ ਉਹ ਬੰਦੇ ਫੜੇ ਜਾਣ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਈ ਉਹਨਾਂ ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ ਡੋਂਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ